ਠੰਡ ਦਾ ਮੌਸਮ ਆਉਂਦੇ ਹੀ ਜੰਗਲੀ ਜਾਨਵਰ ਮੈਦਾਨੀ ਇਲਾਕਿਆਂ ਦਾ ਰੁੱਖ ਕਰਨਾ ਸ਼ੁਰੂ ਕਰ ਦਿੰਦੇ ਹਨ। ਪਹਿਲਾਂ ਗੁਰਦਾਸਪੁਰ, ਫਿਰ ਹੁਸ਼ਿਆਰਪੁਰ ਅਤੇ ਹੁਣ ਜਲੰਧਰ ਵਿੱਚ ਵੀ ਜੰਗਲੀ ਜਾਨਵਰਾਂ ਦਾ ਆਉਣਾ ਲਗਾਤਾਰ ਜਾਰੀ ਹੈ। ਜਲੰਧਰ ਦੇ ਥਾਣਾ ਡਿਵੀਜ਼ਨ 5 ਨੰਬਰ ਦੇ ਅਧੀਨ ਆਉਂਦੇ ਬਸਤੀ ਦਾਨਿਸ਼ਮੰਦਾਂ ਵਿੱਚ ਇੱਕ ਸਾਂਭਰ ਆਚਾਣ ਦੇ ਨਾਲ ਲੋਕਾਂ ਵਿੱਚ ਹਫੜਾ ਦਫੜੀ ਮੱਚ ਗਈ, ਜਿਸ ਤੋਂ ਬਾਅਦ ਥਾਣਾ 5 ਦੀ ਪੁਲਿਸ ਨੂੰ ਨਾਲ ਨਾਲ ਹੀ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 5 ਦੇ SI ਅਵਤਾਰ ਸਿੰਘ ਅਤੇ ਜੰਗਲਾਤ ਵਿਭਾਗ ਦੇ ਪ੍ਰਦੀਪ ਸ਼ਰਮਾ ਆਪਣੀਆਂ ਟੀਮਾਂ ਨਾਲ ਮੌਕੇ ਤੇ ਪੁੱਜੇ। ਸਾਂਭਰ ਆਉਣ ਦੀ ਸੂਚਨਾ ਮਿਲਦੇ ਹੀ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ, ਜਿਸ ਨੂੰ ਵੇਖ ਕੇ ਸਾਂਭਰ ਘਬਰਾ ਗਿਆ ਅਤੇ ਉਸਨੇ ਇੱਧਰ ਉੱਧਰ ਭੱਜਣਾ ਸ਼ੁਰੂ ਕਰ ਦਿੱਤਾ। ਜੰਗਲਾਤ ਵਿਭਾਗ ਦੀ ਟੀਮ ਨੇ ਬੜੀ ਮੁਸ਼ਕਲ ਦੇ ਨਾਲ ਸਾਂਭਰ ਨੂੰ ਬਬਰੀਕ ਚੌਂਕ ਦੇ ਨੇੜਿਓ ਕਾਬੂ ਕਰ ਲਿਆ ਅਤੇ ਆਪਣੇ ਨਾਲ ਲੈ ਗਏ। ਪ੍ਰਦੀਪ ਸ਼ਰਮਾ ਸਰ, ਕੰਪਲੇਂਟ ਆਈ ਸੀ ਬਸਤੀ ਸ਼ੇਰ ਸਾਂਭਰ ਤੋਂ ਕਾਰ 'ਚ ਬੈਠਾ, ਮੇਰੀ ਟੀਮ ਉੱਥੇ ਪਹੁੰਚੀ, ਅਸੀਂ ਜਾ ਕੇ ਸਾਂਭਰ ਨੂੰ ਰੈਸਕਿਊ ਕੀਤਾ ਪਰ ਉਹ ਨਿਕਲ ਗਿਆ ਕਾਫੀ ਮੁਸ਼ਕਲ ਦੇ ਨਾਲ, ਹੁਣ ਉਹਨੂੰ ਬਬਰੀਕ ਚੌਂਕ ਦੇ ਕੋਲੋਂ ਪਕੜਿਆ। ਪਹਾੜੀ ਅਤੇ ਜੰਗਲੀ ਇਲਾਕਿਆਂ ਵਿੱਚ ਠੰਡ ਵੱਧ ਜਾਣ ਦੇ ਕਾਰਨ ਸਾਂਭਰ ਅਤੇ ਹੋਰ ਕਈ ਜੰਗਲੀ ਜਾਨਵਰ ਮੈਦਾਨੀ ਇਲਾਕਿਆਂ ਦਾ ਰੁੱਖ ਕਰਦੇ ਹਨ। ਕਈ ਵਾਰ ਲੋਕ ਇਹਨਾਂ ਨੂੰ ਵੇਖ ਕੇ ਘਬਰਾ ਜਾਂਦੇ ਹਨ, ਪਰ ਜੰਗਲਾਤ ਵਿਭਾਗ ਵੱਲੋਂ ਲਗਾਤਾਰ ਇਹਨਾਂ ਨੂੰ ਕਾਬੂ ਕਰਕੇ ਸੁਰੱਖਿਅਤ ਸਥਾਨਾਂ 'ਤੇ ਛੱਡ ਦਿੱਤਾ ਜਾਂਦਾ ਹੈ। ਜਲੰਧਰ ਤੋਂ ਨਿਸ਼ਾ ਸ਼ਰਮਾ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI।